ਮੋਟੇ ਵੀਰਾ ਸਰ ਇੱਕ ਕਾਫੀ ਹੈਵੀ ਕੁਆਂਟਿਟੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਫੜੀਆਂ ਗਈਆਂ ਨੇ। ਅਮੂਮਨ ਤੌਰ ਤੇ 800 ਤੋਂ 1000 ਗੋਲੀ ਜਿਹੜੀ ਹੁੰਦੀ ਹੈ ਕਮਰਸ਼ੀਅਲ ਚ ਆ ਜਾਂਦੀ ਹੈ ਡਿਫਰੈਂਟ ਸਾਲਟ ਦੇ ਵਿੱਚ, ਤਾਂ ਇਹ ਜਿਹੜੀ ਟੋਟਲ ਰਿਕਵਰੀ ਹੋਈ ਹੈ ਇਹ 22,800 ਗੋਲੀ ਦੀ ਹੈ। ਇਹ ਕਾਫੀ ਵੱਡੀ ਕਮਰਸ਼ੀਅਲ ਹੈਗੀ ਹੈ ਜਿਹੜੀ ਰਿਕਵਰੀ ਕੀਤੀ ਗਈ ਹੈ। ਇਹਦੇ 'ਚ ਮੈਂ ਦੱਸਣਾ ਚਾਹੁੰਦਾ, ਇੰਟੀਮੇਸ਼ਨ ਆਈ ਸੀ ਕਿ ਇਹਨਾਂ ਨੇ ਇੱਕ ਬੰਦੇ ਨੇ ਇਹਨਾਂ ਨੇ ਕੰਮ ਸ਼ੁਰੂ ਕੀਤਾ, ਫਿਰ ਪ੍ਰੋਪਰ ਉਸ ਚੀਜ਼ ਦਾ ਰੁਕਾ ਆ ਗਿਆ ਔਰ ਉਦੋਂ ਬਾਅਦ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਪ੍ਰੋਪਰ, ਜੋ ਕਿ ਅਕੋਰਡਿੰਗ ਟੂ ਲਾਅ ਤੇ SOP ਬਣਿਆ ਹੋਇਆ ਕਿ ਕਿਵੇਂ ਆਪਾਂ ਕੈਮਿਸਟ ਸ਼ਾਪ ਦੀ ਸਰਚ ਕਰਨੀ ਹੈ, ਉਹਨਾਂ ਨੂੰ ਨਾਲ ਲੈ ਕੇ ਤੇ ਸਰਚ ਕੀਤੀ ਗਈ। ਉੱਥੇ ਦੋਵੇਂ ਬੰਦੇ ਮਿਲੇ, ਪਲੱਸ ਸਟਾਕ ਤੋਂ ਬਾਹਰ ਜਿਹੜੀਆਂ ਗੋਲੀਆਂ ਮਿਲੀਆਂ ਜਿਹਦਾ ਕੋਈ ਵੀ ਇਹ ਉੱਥੇ ਪਰੂਫ ਜਾਂ ਲਾਇਸੈਂਸ ਇਹਨਾਂ ਦੇ ਰਿਗਾਰਡਿੰਗ ਕੋਈ ਪਰੂਫ ਨਹੀਂ ਦਿਖਾ ਸਕੇ, ਤਾਂ ਉਹ ਸਾਰੀਆਂ ਜਿਹੜੀਆਂ ਨੇ ਉਹ ਕਬਜ਼ਾ ਪੁਲਿਸ 'ਚ ਲੈ ਲਈਆਂ ਗਈਆਂ ਨੇ। FIR ਦੋਵੇਂ ਅਕਿਊਜ਼ ਤੇ ਲੌਸ ਕਰ ਦਿੱਤੀ ਗਈ ਹੈ। ਔਰ ਇਹਦੇ ਵਿੱਚ ਪੁੱਛਗਿੱਛ 'ਚ ਜਿੱਥੋਂ ਇਹ ਲੈ ਕੇ ਆਏ ਨੇ ਐਡੀ ਵੱਡੀ ਖੇਪ, ਉਸ ਬੰਦੇ ਨੂੰ ਦਫਾ 29 ਦੇ ਵਿੱਚ ਨਾਮਜ਼ਦ ਕੀਤਾ ਜਾਊਗਾ ਔਰ ਅਰੈਸਟ ਕੀਤਾ ਜਾਊਗਾ। ਨਹੀਂ ਪਹਿਲਾਂ ਇਹ ਤੋਂ ਪਹਿਲਾਂ ਕ੍ਰਿਮੀਨਲ ਰਿਕਾਰਡ ਨਹੀਂ ਹੈ ਇਹਨਾਂ ਦੇ, ਅਤੇ ਆ ਇਹਨਾਂ ਦੇ ਫਸਟ ਜਿਹੜੀ ਕਮਰਸ਼ੀਅਲ FIR ਜਿਹੜੀ ਲੌਜ ਹੋਈ ਹੈ। ਔਰ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਔਰ ਤੁਹਾਡੇ ਮਾਧਿਅਮ ਦੇ ਥਰੂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਵੀ ਬੰਦਾ ਕਿਸੇ ਵੀ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਏਗਾ ਔਰ ਪੰਜਾਬ ਦੇ ਮਾਹੌਲ ਨੂੰ, ਪੰਜਾਬ ਦੀ ਜਵਾਨੀ ਨੂੰ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਕੰਮ ਕੀਤਾ ਜਾਏਗਾ, ਜਿਹੜੀ ਉਹਦੀ ਥਾਂ ਹੈ ਉਸ ਲੱਖਾਂ ਦੇ ਪਿੱਛੇ। ਦੋ ਬੰਦੇ ਗ੍ਰਿਫਤਾਰ ਹੋਏ ਨੇ ਸਰ, ਇੱਕ ਮੁੰਡਾ ਸਨੀ ਹੈਗਾ ਸਾਹਿਲ ਪਾਵਾ ਔਰ ਇੱਕ ਜਿਹੜਾ ਸ਼ੋਪ ਨੂੰ ਚਲਾਉਂਦਾ ਸੀ ਔਰ ਜਿਹਦੇ ਕੋਲ ਡੀ ਫਾਰਮੈਸੀ ਦਾ ਸੀਗਾ, ਦੈਟ ਇਜ਼ ਪਿਊਸ਼ ਗਰਗ। ਦੋ ਬੰਦੇ ਫੜੇ ਗਏ ਨੇ।